ਗੈਰਾਂ ਦੇ ਬੇੜੇ ਚ ਛਿੜਕਾ ਕੇ ਆਈਆਂ ਜੱਟ ਦੀਆਂ ਦਿੱਤੀਆਂ ਬਣਾ ਕੇ ਚਾਂਜਰਾਂ ਨੀ ਪਾ ਕੇ ਯਾਰਾਂ ਦੀਆਂ ਚਾਂਜਰਾਂ ਗੈਰਾਂ ਦੇ ਬੇੜੇ ਮੱਚੀ ਤੁਸੀਂ ਸਮਝਦੇ ਸੀ ਕੁਝ ਹੋਰ, ਇਹ ਤਾਂ ਹੋਰ ਨਿਕਲੀ। ਉਹ ਤੁਹਾਡੀ ਗੀਤਾਂ ਦੀ ਮਸ਼ੀਨ ਤਾਂ ਚੋਰ ਨਿਕਲੀ। ਜਦੋਂ ਅਸੀਂ ਕਹਿਣਾ ਸਾਡਾ ਰੀਅਲ ਸਾਲ ਚੋਰੀ ਕੀਤਾ ਹਨਾ, ਲੋਕ ਕਹਿੰਦੇ ਬਾਈ ਇਹ ਤਾਂ ਗੀਤਾਂ ਦੀ ਮਸ਼ੀਨ ਆ, ਇਹ ਚੋਰੀ ਕਿਵੇਂ ਕਰ ਲਓ, ਇਹਦੇ ਕੋਲ ਤਾਂ ਗਾਣੇ ਵਾਧੂ। ਤਾਂ ਸੁਣੋ ਹੁਣ ਇੱਕ ਹੋਰ ਨਵਾਂ ਇਹਨਾਂ ਜਿਹੜਾ ਝਾਂਜਰ ਆਇਆ ਨਾ, ਉਹ ਵੀ ਚੋਰੀ ਦਾ ਨਿਕਲਿਆ। ਰਵਿੰਦਰ ਗਰੇਵਾਲ ਨੇ ਗਾਇਆ ਸੀ ਪਹਿਲਾਂ, ਆਹ ਸੁਣ ਲਓ। ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਚੁੱਕੇ ਹੋ ਕਿ ਕਰਨ ਔਜਲਾ ਜਿਸ ਨੂੰ ਕਿ ਉਸਦੇ ਫੈਨਸ ਵੱਲੋਂ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਨਵੇਂ ਸੌਂਗ ਝਾਂਜਰਾਂ ਦੀਆਂ ਕੁਝ ਲਾਈਨਾਂ ਪੁਰਾਣੇ ਪੰਜਾਬੀ ਸਿੰਗਰ ਰਵਿੰਦਰ ਗਰੇਵਾਲ ਦੇ ਗੀਤ ਝਾਂਜਰਾਂ ਨਾਲ ਮਿਲਦੀਆਂ ਜੁਲਦੀਆਂ ਦਿਖਾਈ ਦੇ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਰਨ ਔਜਲਾ ਨੇ ਰਵਿੰਦਰ ਗਰੇਵਾਲ ਦੇ ਸੌਂਗ ਦੀਆਂ ਲਾਈਨਾਂ ਕਾਪੀ ਕਰ ਲਈਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਗੀਤਾਂ ਦੀ ਮਸ਼ੀਨ ਕਰਨ ਔਜਲਾ ਤੇ ਇਲਜ਼ਾਮ ਵੀ ਲਗਾਏ ਹਨ, ਜਿਸ ਦੀ ਵੀਡੀਓ ਤੁਸੀਂ ਸਟਾਰਟਿੰਗ ਵਿੱਚ ਦੇਖ ਹੀ ਚੁੱਕੇ ਹੋ। ਤੇ ਉਸ ਨੌਜਵਾਨ ਮੁੰਡੇ ਨੇ ਕਿਹਾ ਕਿ ਜਦੋਂ ਅਸੀਂ ਕਿਹਾ ਸੀ ਕਿ ਸਾਡੇ ਉਸਤਾਦ ਸਿੱਧੂ ਮੂਸੇਵਾਲੇ ਦੇ ਗਾਣੇ ਕਰਨ ਔਜਲਾ ਕਾਪੀ ਕਰ ਰਿਹਾ ਹੈ, ਉਦੋਂ ਤੁਸੀਂ ਮੰਨਦੇ ਨਹੀਂ ਸੀ, ਪਰ ਹੁਣ ਤੁਸੀਂ ਖੁਦ ਕਰਨ ਔਜਲਾ ਤੇ ਰਵਿੰਦਰ ਗਰੇਵਾਲ ਦੇ ਗਾਣੇ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਰਨ ਔਜਲਾ ਦਾ ਨਵਾਂ ਗਾਣਾ ਝਾਂਜਰਾਂ ਕਾਪੀ ਹੈ। ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕਰਨ ਔਜਲਾ ਨੇ ਇਹ ਗਾਣਾ ਸੱਚੀ ਕਾਪੀ ਕੀਤਾ ਹੈ ਜਾਂ ਸਿਰਫ ਇਹ ਇਤਫਾਕ ਨਾਲ ਇਹ ਲਾਈਨਾਂ ਮਿਲੀਆਂ ਹਨ? ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।